ज़्यादा जोर लग गया साडा फतेह नूं बुलाउणा पिया सानूं। तो इन्ने टाइम च शायद डिलीवरी हो जाए तो बाकी हाँ इदा जोर लाना पैना। ਸੁਖਿੰਦਰ ਸਾਹਿਬ ਤੁਸੀਂ ਵੀਡੀਓ ਵੇਖਣ ਡੇ ਜੇ ਤੇ ਤੁਸੀਂ ਬੋਲੀ ਲਿਆ ਜਹਾਜ਼। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ? ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਵੀਡੀਓ ਦੀ ਕਰਦੇ ਹਾਂ ਅੱਜ ਦੀ ਸ਼ੁਰੂਆਤ। ਅਤੇ ਅੱਜ ਗਾਈਂ ਸੂ ਰਹੀ ਸੀ ਇੱਕ, ਅਤੇ ਅਜੇ ਤਾਂ ਬੈਠੀ ਹੋਈ ਆ, ਜੇ ਥੋੜ੍ਹਾ ਟਾਈਮ ਮੇਰੇ ਹਿਸਾਬ ਨਾਲ ਲੈ ਸਕਦੀ ਆ ਤੁਹਾਨੂੰ ਦਿਖਾਉਂਦੇ ਉਹਦੀਆਂ ਲਾਈਵ ਰਿਪੋਰਟਾਂ। ਅਜੇ ਟਾਈਮ ਲੈ ਲਏਗੀ ਮੇਰੇ ਹਿਸਾਬ ਨਾਲ, ਕਾਫੀ ਦੇ ਸਕਦੇ ਜੇ 52 ਨੰਬਰ ਖਾਈ ਆ ਅਤੇ ਅੱਜ ਮੀਂਹ ਵੀ ਪੈ ਚੁੱਕਿਆ ਸੀ, ਥੋੜ੍ਹਾ ਗਿੱਲਾ ਹੋ ਗਿਆ ਅੱਜ ਜਗ੍ਹਾ। ਅਤੇ ਬਾਕੀ ਦੇਖੋ ਕਿਆ ਆਤਾ ਹੈ ਆਜ, ਬੱਚਾ ਜਾਂ ਬੱਚੀ ਜ਼ੋਰ ਲਗਾਉਣ ਡੀ ਅਜੇ। ਚਲੋ ਦੇਖਦੇ ਹਾਂ ਕਿੱਥੋਂ ਤੱਕ ਗੱਲ ਪਹੁੰਚਦੀ ਹੈ ਜੇ। ਅਤੇ ਅੱਜ ਮੀਂਹ ਪੈਣ ਮਗਰੋਂ ਇੱਕ ਡੇਢ ਘੰਟੇ ਤੋਂ ਧੁੱਪ ਫੇਰ ਲੱਗ ਗਈ ਆ, ਅਤੇ ਇਹਨੇ ਫਿਰ ਗਰਮੀ ਦਾ ਭਾਰਾ ਚੱਕ ਦੇਣਾ। ਅਤੇ ਕਾਫੀ ਠੰਡਾ ਹੋਇਆ ਸੀ ਮੌਸਮ ਥੋੜ੍ਹਾ ਚਿਰ ਹੀ ਹੋਇਆ ਭਾਵੇਂ, ਅਤੇ ਹੁਣ ਫਿਰ ਚੱਕੀ ਜਾਣ ਡਿਆ ਭਾਰਾ ਮੌਸਮ ਗਰਮੀ ਦਾ। ਅਤੇ ਇੱਧਰ ਦੇਖ ਸਕਦੇ ਜੇ ਤੁਸੀਂ, ਮਗਰ ਪਾਣੀ ਵੀ ਖਲੋ ਚੁੱਕਿਆ, ਇੱਧਰ ਸਾਰੇ ਗਿੱਲਾ ਹੋ ਗਿਆ। ਅਤੇ ਆਪਣੀ ਗਾਈਂ ਦਾ ਪ੍ਰੋਸੈਸ ਜਾਰੀ ਹੈ ਜੇ। ਕੈਮਰੇ ਅੱਗੇ ਪਾਣੀ ਆ ਗਿਆ ਸੀ, ਦੇਖੋ ਹੁਣ ਕਿੰਨਾ ਟਾਈਮ ਲੱਗਦਾ। ਅਤੇ ਥੋੜ੍ਹਾ ਜਿਹਾ ਬੈਠੀ ਗਲਤ ਆ ਥੋੜ੍ਹਾ ਪਿੱਛੇ ਨੂੰ, ਅਤੇ ਮੈਂ ਹੈਗਾ ਵੀ ਇੱਥੇ ਇਕੱਲਾ ਹੀ ਹਾਂ, ਲੇਬਰ ਵਾਲਾ ਬੰਦਾ ਵੀ ਕੋਈ ਹੈ ਨਹੀਂ ਆ। ਅਤੇ ਮੈਂ ਹੁਣ ਧਾਰਾਂ ਦਾ ਵੀ ਉੱਧਰੋਂ ਟਾਈਮ ਹੋਣ ਡਿਆ, ਅਤੇ ਇਹਦੀ ਵੀ ਦੇਖ ਰੇਖ ਕਰਨੀ ਪੈਣੀ ਆ, ਅਤੇ ਨਾਲ ਧਾਰਾਂ ਵੀ ਕੱਢਣੀਆਂ ਪੈਣੀਆਂ। ਸਫਾਈ ਸਫੂਈ ਮੈਂ ਕਰ ਲਈ ਸੀ ਪਹਿਲਾਂ, ਅੱਗੇ ਦੇਖੋ ਕਿੱਦਾਂ ਚੱਲਦਾ ਪ੍ਰੋਗਰਾਮ। ਲਾਈਟ ਵੀ ਖਰਾਬ ਹੋ ਗਈ ਸੀ ਪਰ ਹੁਣ ਆ ਗਈ ਆ, ਅਤੇ ਜੇ ਨਾ ਆਉਂਦੀ ਤਾਂ ਫਿਰ ਹੋਰ ਔਖਾ ਹੋ ਜਾਂਦਾ। ਅਤੇ ਇਹ ਵੀ ਟਾਈਮ ਰਹਿੰਦੇ ਸਾਰਾ ਕੁਝ ਵਧੀਆ ਵਧੀਆ ਹੋ ਜੇ, ਅਤੇ ਇਹ ਵੀ ਟਾਈਮ ਦੇ ਨਾਲ ਵਧੀਆ ਵਧੀਆ ਆਪਣਾ ਸੂਪੇ, ਅਤੇ ਚਲੋ ਵਧੀਆ ਗੱਲ ਹੋਏਗੀ। ਪਹਿਲਾਂ ਤਾਂ ਇਹਦੀ ਸਿਹਤ ਆ, ਬਾਅਦ ਵਿੱਚ ਜੋ ਵੀ ਆ ਚਲੋ ਉਹ ਤਾਂ ਆ ਹੀ ਜਾਣਾ, ਹੁਣ ਪਤਾ ਲੱਗ ਜੂਗਾ ਕਿ ਬੱਚਾ ਜਾਂ ਬੱਚੀ ਆਉਂਦਾ। ਅਤੇ ਮੈਂ ਲੱਗਾ ਲਾਉਣ ਲੋਕਸ ਦੇ ਵਿੱਚ ਗਾਈਆਂ, ਧਾਰਾਂ ਵਾਸਤੇ ਰੈਡੀ ਕਰ ਲਈ, ਅਤੇ ਕੁਝ ਤਾਂ ਇੱਧਰ ਬੈਠੀਆਂ ਹੋਈਆਂ ਅਤੇ ਕੁਝ ਤਾਂ ਰਹੀਆਂ ਪੱਠੇ ਪੁੱਠੇ ਵਗੈਰਾ ਖਾਣ। ਇਹਨਾਂ ਨੂੰ ਮੈਂ ਸੈੱਟ ਕਰ ਦਿੰਦਾ ਹੁਣ ਧਾਰਾਂ ਲਈ, ਅਤੇ ਮੌਸਮ ਚਲੋ ਥੋੜ੍ਹਾ ਬਹੁਤਾ ਫਿਰ ਵੀ ਫਰਕ ਪਿਆ, ਦਿਨੇ ਗਰਮੀ ਬਹੁਤ ਜ਼ਿਆਦਾ ਸੀ। ਆ ਦੇਖ ਸਕਦੇ ਕੁਝ ਲੱਗੀਆਂ ਹੋਈਆਂ ਮਗਰ, ਅਤੇ ਲੋਕਸ ਦਾ ਕੰਮ ਵੀ ਇੱਧਰ ਦੂਸਰੇ ਬੰਨੇ ਨਾਲ ਦੀ ਨਾਲ ਚੱਲਣ ਡਿਆ। ਅਤੇ ਆ ਬੱਚਿਆਂ ਵਾਸਤੇ ਇੱਧਰ ਲੋਕ, ਅਤੇ ਉੱਧਰ ਵੱਡਿਆਂ ਵਾਸਤੇ ਬਣ ਗਏ ਆ। ਇਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ, ਵੱਖਰੀ ਵੀਡੀਓ ਬਣਾਵਾਂਗੇ ਲੋਕਸ ਦੇ ਉੱਤੇ, ਇਹਨਾਂ ਦੇ ਵਿੱਚ ਅਤੇ ਇਹਨਾਂ ਦੇ ਵਿੱਚ ਕੀ ਡਿਫਰੈਂਸ ਆ, ਕੀ ਇਹਦੇ ਵਿੱਚ ਨਹੀਂ ਸੀ ਅਤੇ ਉਹਦੇ ਵਿੱਚ ਆਪਾਂ ਕੀ ਕੀਤਾ, ਇਹਦੀ ਵੀਡੀਓ ਇੱਕ ਵੱਖਰੀ ਦੱਸਾਂਗੇ। ਇਹਦਾ ਥੋੜ੍ਹਾ ਜਿਹਾ ਆਪਾਂ ਕੁਝ ਨੁਕਸਾਨ ਸੀ ਉਹ ਵੀ ਦੱਸਾਂਗੇ ਕਿ ਨੁਕਸਾਨ ਸੀ, ਅਤੇ ਇਹ ਲੋਕ ਦੇ ਕੀ ਬੈਨੀਫਿਟ ਆ, ਉਹਦੇ ਵਾਸਤੇ ਆਪਾਂ ਵੀਡੀਓ ਇੱਕ ਵੱਖਰੀ ਬਣਾਵਾਂਗੇ। ਅਤੇ ਮੀਂਹ ਅੱਜ ਇੰਨਾ ਆਇਆ ਕਿ ਆ ਝਾਂਬੇ ਇੱਥੋਂ ਤੱਕ ਆ ਗਈ, ਆ ਕੁਝ ਅਸੀਂ ਘਰ ਨਹੀਂ ਸੀ ਅਤੇ ਬੋਰੀਆਂ ਵੀ ਆ ਕੁਝ ਗਿੱਲੀਆਂ ਜਿਹੀਆਂ ਹੋ ਗਈਆਂ। ਅਤੇ ਮੌਸਮ ਹੁਣ ਸਾਫ਼ ਹੋ ਗਿਆ, ਘੱਟਾ ਘੁੱਟਾ ਸੀ ਜਿਹੜਾ ਚੜਿਆ ਥੋੜ੍ਹਾ ਬਹਿ ਗਿਆ।
दोस्तों मैं गाइया लॉक च बिच ला के ते पट्ठे वगैरह अगे करके गाइया दे ते आ चुके हैं हुण गाई वल ते देखदे हां की रिपोर्ट आ ते दसदे तुहानू वी नाल चलदे हां गाई वल। गाई वलों अजे ते कोई अद्धा घंटा तकरीबन अद्धा पौना घंटा बीत चुका ते अजे कोई प्रोग्रेस नहीं आ ते अजे तो काफ़ी उवें ही आ तकरीबन अजे कोई बदलाव नहीं विच कोई अगे कम अपना दिखा नहीं कुछ वगैरह अजे तो टाइम अजे मेरे हिसाब तकरीबन लग जाऊगा होर अद्धा पौना घंटा तो चलो फिर देखते हैं। मैं हुण लगा हां कढ़न धारा कोहलिया नूं नाल दी नाल नज़र मारदे रहांगे रिपोर्ट है यदि क्योंकि हुण तो टाइम हैगा बाद विच फिर नेरा हो जाना तो फिर गाय नूं भी आपां सांभना बच्चा भी सब कुछ देखना पैना मैनू तो फिर तुहानूं दसांगे की रिपोर्ट किवें। गाय हो चुकी है दोस्तों खड़ी तो चलो हुण जगी गल आ एक बार खड़ी हो जाऊगी तो अपनी पोजिशन अपनी चेंज कर लूगी तो अजे कोई हालात ओह जिहा नहीं बने तो वेखो अजे कितना टाइम लाउंदा लाउंदी आ ते पोजिशन पूरी अपनी रेडी आ सून दे विच तकरीबन घंटे का एस्टीमेट तो आपां ला ही सकते हैं इस तों वध भी टाइम ला सकती आ सून दे विच लाइव चलन दिया जग साहब का समझो तुसीं की इहदे प्रोग्रेस आ की इहदा रिफलेंटा वगैरह टिकट अगे आपां लिआण के रखे आ कुछ भी एमरजेंसी हो आप उस वे कवर करिए हाँ जी कहना कुछ हाँ जी आप तकरीबन हूँ पौने एक घंटे बाद चलने गाय को मैं इतने लागे ही सामने धारण डे क्ढन तो तुम दिखाने हम गाय का किदा हाल आ देखते हैं दे सकते ती बच्चे दे खुरदों में आ सक चुके आ बहर तो इनू तकरीबन हूँ थोड़ा ही टाइम आ कोई अद्धा घंटा तकरीबन ला मान के चलो ती तो इन्ने टाइम च शायद डिलीवरी हो जाए तो बाकी अजे कंडीशन उस हिसाब न देख के ही आ कितना टाइम लगता तो चलो वधिया गल आ भी अपने दोवें खोर आ बहर आ ते कई यार बाई चांस साढ़े नाल पिछली गाई एक लास्ट सोई ही उन्हें एक ही खोर आया ही बहर उस टाइम पर खोर एक आया ही बहर तो उस सून दे विच उन्हें प्रॉब्लम हो दी क्योंकि एक खोर जिहड़ा अंदर बहर ही एक बहर नूं ही ते वो फिर आप हाथ पा के उस टाइम है भी नेरा ही तकरीबन 8 बजे होने रात दे ते डॉक्टर भी नहीं ही कोई फोन चुकदा लागे छागे भी इस टाइम तो फिर आप हाथ पा के उन्हें खुर नूं सीधा किया अंदर अंदरों बहर नूं ते फिर कित जाके आप गाय नूं सवाया तो इहो जिहे कम दे विच कई यार फिर बड़े चक्कर पै जांदे आ ते इह चलो वधिया गल आ हुण दोवें बहर आ ते जो भी बच्चा ठीक ठाक आ ते हुण अगे देखदे आ किदां किन्ना टाइम लगता फिर तुहानूं दिखाउने अगे फिर हाँ तकरीबन मेरिया मशीन भी इधर लगियाँ इधर भी लगी आ दे सकते तुम तो उधर गाई भी अपनी डिलीवरी पोजिशन पर आ तो मैनू दोवें बन्ने आना पैंदा तो तुम दे सकते जो फार्मिंग लाइफ किवें दी आ तो लेबर जिहड़ी अपने बहुत ही औखा लेबर ने किया भैया कोई करोना दे करके कोई इधर आउण नहीं दिया ਉਹਦੇ ਕਰਕੇ ਫਿਰ ਲੇਬਰ ਦਾ ਬੜਾ ਤੰਗੀ ਆਈ ਆ ਹਾਂ ਇੱਦਾਂ ਜ਼ੋਰ ਲਾਉਣਾ ਪੈਣਾ ਗਾਈ ਸੂਪੀ ਆ ਤੇ ਬਹੁਤ ਹੀ ਜ਼ਿਆਦਾ ਜ਼ੋਰ ਲੱਗ ਗਿਆ ਸਾਡਾ ਆ ਫਤਿਹ ਨੂੰ ਬੁਲਾਉਣਾ ਪਿਆ ਸਾਨੂੰ ਤੇ ਹੈ ਵੀ ਇੱਕ ਸੂਤੇ ਥਾਂ ਤੇ ਬੈਠੀ ਸੀ
ਪਹਿਲਾਂ ਤਾਂ ਅਸੀਂ ਡਾਕਟਰ ਨੂੰ ਵੀ ਫੋਨ ਕੀਤਾ, ਡਾਕਟਰ ਨੇ ਵੀ ਕਹਿੰਦਾ ਮੇਰਾ ਟਾਈਮ ਨਹੀਂ ਹੈਗਾ, ਆਪੇ ਹੀ ਕਰਨਾ ਪੈਣਾ। ਅਤੇ ਆਹ ਵਛਾ ਆ ਗਿਆ ਅੱਜ, ਅਤੇ ਬਹੁਤ ਜ਼ਿਆਦਾ ਜ਼ੋਰ ਲੱਗਿਆ ਗਾਈ ਦਾ, ਬੜਾ ਮੰਦਾ ਹਾਲ। ਹੁਣ ਮਹਾਂ ਉੱਠ ਫਿਰ ਪਈ ਬੈਠੀ ਆ, ਜਦੋਂ ਲੰਮੇ ਪਈ ਸੀ, ਅਤੇ ਉੱਧਰੋਂ ਮਸ਼ੀਨਾਂ ਵੀ ਲੱਗੀਆਂ ਸੀ ਅਤੇ ਉਹ ਵੀ ਡਿੱਗ ਡੁੱਗ ਪਈਆਂ, ਸਾਰਾ ਜ਼ੋਰ ਇੱਧਰ ਹੀ ਲੱਗ ਗਿਆ। ਫਿਰ ਰੱਸੇ ਰੁੱਸੇ ਪਾ ਕੇ ਫਿਰ ਮਹਾਂ ਖਿੱਚਿਆ ਉਹਨੂੰ, ਹੈਂ ਬਹੁਤ ਹੀ ਔਖਾ ਟਾਈਮ ਸੀ ਗਾਈ 'ਚ। ਅਤੇ ਇੱਦਾਂ ਦਾ ਕੰਮ ਆਪਾਂ ਨੂੰ ਪਹਿਲੀ ਵਾਰ ਹੋਇਆ ਵੀ ਬਹੁਤ ਜ਼ਿਆਦਾ ਜ਼ੋਰ ਲਾਉਣਾ ਪਵੇ ਗਾਈ ਨੂੰ ਬੱਚਾ ਖਿੱਚਣ ਵਾਸਤੇ, ਬਹੁਤ ਹੀ ਜ਼ਿਆਦਾ ਕੰਮ ਔਖਾ ਸੀ। ਗਾਈ ਵਿਚਾਰੀ ਬਹੁਤ ਜ਼ਿਆਦਾ ਤੰਗ ਸੀ, ਅਤੇ ਚਲੋ ਹੁਣ ਠੀਕ ਆ, ਸਭ ਕੁਝ ਨੋਰਮਲ ਆ, ਬੱਚਾ ਵੀ ਠੀਕ ਆ। ਚਲੋ ਅਸੀਂ ਬਹਿ ਪਿਆ ਮਨ ਸਾਲਾਂ, ਅਤੇ ਮਾਂ ਜੇ ਕੋਲ ਬੈਠੀ ਹੈ ਨਰਸਿੰਗ ਕਰ ਲੈਂਦੇ ਹਾਂ ਤੁਹਾਨੂੰ ਫਾਸਟ ਤਾਕਤ ਵਾਸਤੇ, ਅਤੇ ਬਾਅਦ ਵਿੱਚ ਚਲੋ ਪਲਾਂਟਾਂ ਵਗੈਰਾ ਦੇਵਾਂਗੇ ਜਿਸ ਤਰ੍ਹਾਂ ਵੀ ਹੋਣਾ। ਚਲੋ ਹਨੇਰਾ ਹੋ ਗਿਆ ਸੀ ਅਤੇ ਗਾਈ ਵੀ ਉੱਠ ਪਈ ਆ, ਅਤੇ ਬੱਚੇ ਨੂੰ ਡੈ ਪਈ ਆ ਆਪਣਾ ਚੱਕਣ ਵਗੈਰਾ। ਠੀਕ ਹੈ, ਚਲੋ ਕਿਰਪਾ ਹੋ ਗਈ ਪਰਮਾਤਮਾ ਦੀ ਗਾਈ 'ਤੇ। ਬਹੁਤ ਔਖਾ ਲੰਬਾ ਸਮਾਨ ਲੰਘਾਇਆ ਇਹਨੇ, ਚੱਲ ਅਤੇ ਇੱਕ ਗੱਲ ਰਹਿ ਗਈ ਸੱਚ, ਸਾਡਾ ਯਾਰ ਭੁੱਲਰ ਟਰਮੀਨੇਟਰ ਉਹ ਬੋਲੀ ਦਾ ਬਹੁਤ ਸ਼ੌਕੀਨ ਆ, ਪਹਿਲਾਂ ਨਹੀਂ ਸੀ ਜ਼ਿਆਦਾ ਸ਼ੌਕੀਨ ਹੁੰਦਾ, ਹੁਣ ਨਵਾਂ ਨਵਾਂ ਵਿਆਹ ਆ ਉਸ ਤੋਂ ਬਾਅਦ 'ਚ ਹੋ ਗਿਆ ਜ਼ਿਆਦਾ ਸ਼ੌਕੀਨ, ਅਤੇ ਉਹ ਅਕਸਰ ਹੀ ਆਪਣੇ ਸਹੁਰਿਆਂ ਤੋਂ ਲੈ ਕੇ ਆਉਂਦਾ ਸੀ, 50 ਕਿਲੋਮੀਟਰ ਤੋਂ ਲੈ ਕੇ ਆਇਆ ਸੀ ਗੋਲੀ। ਅਤੇ ਜੇ ਭੁੱਲਰ ਸਾਹਿਬ ਤੁਸੀਂ ਵੀਡੀਓ ਦੇਖਣ ਡੇ ਗੇ ਤਾਂ ਤੁਸੀਂ ਗੋਲੀ ਲੈ ਸਕਦੇ ਜੀ ਆਪਣੇ ਕੋਲੋਂ, ਠੀਕ ਆ, ਤੁਹਾਡੇ ਵਾਸਤੇ ਤਿਆਰ ਆ। ਅਜੇ ਵੀ ਆਪਾਂ ਫਾਰਮ ਦੀ ਵੇਚੀ ਆ, ਅਤੇ ਆ ਤੁਸੀਂ ਮੇਰੀ ਹਾਲਤ ਦੇਖ ਸਕਦੇ ਜੀ ਹੁਣ, ਅਤੇ ਚੈੱਕ ਕਰ ਸਕਦੇ ਟੀਕਾ ਟੂਕਾ ਡੇ ਆਪਾਂ ਟ੍ਰੀਟਮੈਂਟ ਕਰਨ, ਇੱਦਾਂ ਕਰਨਾ ਪੈਂਦਾ ਫਿਰ ਡੇਅਰੀ ਫਾਰਮ ਦੇ ਵਿੱਚ, ਇੰਨੇ ਚੱਕਰ ਚਲਾਉਣੇ ਪੈਂਦੇ ਆ, ਫਿਰ ਜਾ ਕੇ ਕਿਤੇ ਸਕਸੈਸ ਮਿਲਦੀ ਆ, ਉਹ ਵੀ ਮਿਲੇ ਜਾਂ ਨਾ ਮਿਲੇ ਉਹ ਕਰਮਾਂ 'ਤੇ ਛੱਡਣਾ ਪੈਂਦਾ। ਵੀਡੀਓ ਦਾ ਕਰਦਾ ਐਂਡ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਸ਼ੇਅਰ ਲਾਈਕ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀ ਵੀਡੀਓ ਕਿਵੇਂ ਦੀ ਲੱਗੀ। ਅਤੇ ਅੱਜ ਤਾਂ ਵੀਡੀਓ ਬਣਾਉਂਦੇ ਚੱਕਰ 'ਚ ਫੋਨ ਹੀ ਇੱਕ ਵਾਰੀ ਪਾਣੀ 'ਚ ਡੇ ਪਿਆ ਸੀ, ਉੱਪਰੋਂ ਬੈਟਰੀ ਵੀ ਖਤਮ ਸੀ, ਅਤੇ ਬੱਚਾ ਕਿਵੇਂ ਖਿੱਚਿਆ ਉਹਦੀ ਵੀਡੀਓ ਨਹੀਂ ਆਪਾਂ ਕੋਲ ਬਣੀ, ਕਿਉਂਕਿ ਅਕਸਰ ਆਪਣਾ ਕੰਮ ਵੀ ਕਰਨਾ ਸੀ, ਵੀਡੀਓ ਦੇ ਚੱਕਰ ਦੇ ਵਿੱਚ ਆਪਾਂ ਕੰਮ ਨਹੀਂ ਆਪਾਂ ਭੁੱਲ ਸਕਦੇ, ਉਹ ਤਾਂ ਕਰਨਾ ਪੈਣਾ ਸੀ, ਅਤੇ ਉਹ ਕੀਤਾ ਆਪਾਂ। ਅਤੇ ਬਾਕੀ ਜਿੱਦਾਂ ਜਿੱਥੇ ਆਪਾਂ ਅਵੇਲੇਬਲ ਹੋਇਆ ਉੱਥੇ ਵੀਡੀਓ ਬਣਾਈ, ਅਤੇ ਮਿਲਦੇ ਹਾਂ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਓਕੇ।